ਨਜ਼ਰਾਂ ਤਾਂ ਮਿਲ ਗਈਆਂ ਕਿਤੇ ਭਾਗ ਵੀ ਮਿਲ ਜਾਣ ਜੇ ਹਾਏ ਕੋਸੇ ਦੁੱਧ ਤਾਈਂ ਕਿਤੇ ਜਾਗ ਵੀ ਮਿਲ ਜਾਣ ਜੇ ਨਜ਼ਰਾਂ ਤਾਂ ਮਿਲ ਗਈਆਂ ਕਿਤੇ ਭਾਗ ਵੀ ਮਿਲ ਜਾਣ ਜੇ ਹਾਏ ਕੋਸੇ ਦੁੱਧ ਤਾਈਂ ਕਿਤੇ ਜਾਗ ਵੀ ਮਿਲ ਜਾਣ ਜੇ ਨੀ ਮੈਂ ਦੁਨੀਆ ਜਿੱਤ ਲੈਣੀ ਜਿੱਤ ਲੈਣੀ ਜੇ ਤੇਰੀ ਰੂਹ ਨਾ ਰੂਹ ਮਿਲ ਜੇ ਮੇਰੀ ਜ਼ਿੰਦਗੀ ਪੂਰੀ ਹੋ ਜੂ ਜੇ ਕਿਤੇ ਤੂੰ ਮਿਲ ਜੇ ਮੇਰੀ ਜ਼ਿੰਦਗੀ ਪੂਰੀ ਹੋ ਜੂ ਜੇ ਕਿਤੇ ਤੂੰ ਮਿਲ ਜੇ ਜੇ ਕਿਤੇ ਤੂੰ ਮਿਲ ਜੇ ਹਵਾ ਤਾਈਂ ਹਵਾ ਤਾਈਂ ਮੇਰੇ ਕੋਲ ਆ ਗਈਆਂ ਨੇ ਮੇਰੇ ਕੋਲ ਆ ਗਈਆਂ ਨੇ ਇਹ ਕੈਸੀ ਇਸ਼ਕ ਚਬਾਤੀ ਤਾਰੇ ਗਿਣਨ ਲੱਗਈਆਂ ਨੇ ਤਾਰੇ ਗਿਣਨ ਲੱਗਈਆਂ ਨੇ ਤੇਰਾ ਮਿਲਣਾ ਏਦਾਂ ਦਾ ਤੇਰਾ ਮਿਲਣਾ ਏਦਾਂ ਦਾ ਜੋ ਪਿਆਸੇ ਮੇਰੀ ਜ਼ਿੰਦਗੀ ਪੂਰੀ ਹੋ ਜੂ ਜੇ ਕਿਤੇ ਤੂੰ ਮਿਲ ਜੇ ਮੇਰੀ ਜ਼ਿੰਦਗੀ ਪੂਰੀ ਹੋ ਜੂ ਜੇ ਕਿਤੇ ਤੂੰ ਮਿਲ ਜੇ ਜੇ ਕਿਤੇ ਤੂੰ ਮਿਲ ਜੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਅੱਗੇ ਅਰਦਾਸ ਹੋ ਮਾਰੀ ਜੀ ਪਿੰਡ ਸਾਹ ਤੇਰਾ ਕਹੋ ਨਾਨਕ ਸਾਹ ਤੇਰੀ ਵਡਿਆਈ ਕੋਈ ਨੌਨਾ ਜਾਣਾ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨੌਨਾ ਜਾਣਾ ਮੇਰਾ ਅਰਦਾਸ
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭੌਤੀ ਜੀ ਸਹਾਇ ਵਾਰ ਸ੍ਰੀ ਭੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇਈ ਅਮਰਦਾਸ ਰਾਮਦਾਸ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਠੇ ਸਾਧ ਹੁਜਾਏ ਤੇਗ ਬਹਾਦਰ ਸਿਮਰੈ ਕਹ ਨੌਨ ਦਿਆਵੈ ਧਾਏ ਸਾਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹਿਆਰਿਆਂ ਨਾਲ ਤਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬਾਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿਤਾਵਣ ਕਾ ਸਦਕਾ ਸਰਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮੱਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪਾਂਦੇ ਸਦਾ ਸਾਹੀ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਬਚਨ ਹੈ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬ ਸੀਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਾਂ ਮੈਂ ਰੋਗ ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਦੇ ਮਹਾਂਵਾਕਾਂ ਅਨੁਸਾਰ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਸਦਕਾ ਦੋ ਪਰਿਵਾਰਾਂ ਦਾ ਮੇਲ ਹੋਇਆ। ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗੀ ਸਰਦਾਰ ਸੋਹਣ ਸਿੰਘ ਸਿੱਧੂ ਅਤੇ ਸਰਦਾਰ ਜਰਨੈਲ ਸਿੰਘ ਜੀ ਦੋਵੇਂ ਪਰਿਵਾਰ ਮਿਲਣੀ ਕਰਨ ਵਾਸਤੇ ਇਕੱਤਰ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ ਮਿਲਣੀ ਕਰਨ ਦੀ ਆਗਿਆ ਬਖਸ਼ੋ। ਦੋਵਾਂ ਪਰਿਵਾਰਾਂ ਦੇ ਵਿੱਚ ਏਕਤਾ ਤਫਾਕ ਪਰਸਪਰ ਪਿਆਰ ਕੌਮੀ ਜੀਵਨ ਸਿੱਖੀ ਜੀਵਨ
ਚੜ੍ਹਦੀ ਕਲਾ ਕਰਨੀ, ਮਿਹਰ ਭਰਿਆ ਹੱਥ ਰੱਖਣਾ, ਸਰਬਾਜ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਸ਼ਬਦ ਚੌਂਕੀ ਜੀ ਕੀ ਅਰਦਾਸ, ਆਪ ਜੀ ਦੇ ਚਰਨਾਂ ਕਮਲਾਂ ਪਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਹਮਾਰੇ ਪਾਰ ਕਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ, ਸਗਲਾ ਬਨਹਰਾ। ਆਜ ਮੋਰੇ ਸਤਿ ਗੁਰ ਤੁਮ।
ਨਾਨਕ ਕੋ
ਅਰਦਾਸ ਸੁਣੀ ਆਪਣੀ ਮਿਹਰ
ਕਰ ਜੇ ਸਤਿਗੁਰ ਨਦਾਰ ਕਰੇ ਲੱਖ ਖੁਸ਼ੀਆਂ ਪਤ ਸਾਰੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਤ ਸਾਰੀਆਂ ਸਤਿਗੁਰ ਨਦਰ ਕਰੇ ਪੂਰਾ ਗੁਰੂ ਲਭਾ ਨਾਮ ਕੀ ਪਤ
ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸਤਿਗੁਰ ਜੀ ਦੀਆਂ ਪਾਰ ਕਿਰਪਾ ਹੋਈ ਹੈ ਦੋਵੇਂ ਪਰਿਵਾਰਾਂ ਨੂੰ ਖੁਸ਼ੀਆਂ ਭਰਿਆ ਸਫਾ ਦਾ ਸਮਾਂ ਬਖਸ਼ਿਸ਼ ਕੀਤਾ। ਖਾਲਸਾ ਦੀਵਾਨ ਸੁਸਾਇਟੀ ਵੱਲੋਂ ਦੋਵਾਂ ਪਰਿਵਾਰਾਂ ਨੂੰ ਜੀ ਆਇਆਂ ਨੂੰ ਔਰ ਦੋਵੇਂ ਪਰਿਵਾਰਾਂ ਦੀ ਜਾਣਕਾਰੀ ਵਾਸਤੇ ਲੜਕਾ ਕਾਕਾ ਇੰਦਰਜੀਤ ਸਿੰਘ ਸਿੱਧੂ ਇਹਨਾਂ ਦੇ ਪਿਤਾ ਸਾਹਿਬਾਨ ਸਵਰਗੀ ਸਰਦਾਰ ਸੋਹਣ ਸਿੰਘ ਸਿੱਧੂ ਮਾਤਾ ਜੀ ਸੁਖਰਾਜ ਕੌਰ ਸਿੱਧੂ ਦਾਦਾ ਜੀ ਦਲੀਪ ਸਿੰਘ ਸਿੱਧੂ ਅਤੇ ਦਾਦੀ ਜੀ ਨਿਹਾਲ ਕੌਰ ਇਹਨਾਂ ਦਾ ਪਿਛਲਾ ਪਿੰਡ ਵਕੀਲਾਂ ਵਾਲਾ ਜੀਰਾ ਤੋਂ ਅਤੇ ਹੁਣ ਮੌਜੂਦਾ ਰਿਹਾਇਸ਼ ਸਰੀ ਵਿਖੇ ਹੈ। ਦੂਜਾ ਪਰਿਵਾਰ ਲੜਕੀ ਵਾਲਾ ਪਰਿਵਾਰ ਲੜਕੀ ਅਨੁਵੀਤ ਕੌਰ ਇਹਨਾਂ ਦੇ ਪਿਤਾ ਸਾਹਿਬਾਨ ਸਰਦਾਰ ਜਰਨੈਲ ਸਿੰਘ ਮਾਤਾ ਜੀ ਹਰਵਿੰਦਰ ਕੌਰ ਦਾਦਾ ਜੀ ਗੁਰਮੇਲ ਸਿੰਘ ਦਾਦੀ ਜੀ ਪਰਮਜੀਤ ਕੌਰ ਨਾਨਾ ਜੀ ਸੋਹਣ ਸਿੰਘ ਅਤੇ ਨਾਨੀ ਜੀ ਕੁਲਵੰਤ ਕੌਰ ਇਹਨਾਂ ਦਾ ਪਿਛਲਾ ਪਿੰਡ ਗੰਗਾਨਗਰ ਰਾਜਸਥਾਨ ਤੋਂ ਹੈ ਹੁਣ ਮੌਜੂਦਾ ਰਿਹਾਇਸ਼ ਐਸ ਹੋ। ਸੋ ਅਲੰਦਾ ਕਾਜਾਂ ਦੀ ਰਸਮ ਸ਼ੁਰੂ ਹੋਣ ਜਾ ਰਹੀ ਹੈ। ਲੜਕਾ ਅਤੇ ਲੜਕੀ ਦੋਵੇਂ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੋਏ ਹਨ। ਦੋਵਾਂ ਨੇ ਅੱਜ ਤਾਜ ਜ਼ਿੰਦਗੀ ਵਾਸਤੇ ਇੱਕ ਦੂਜੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਅਤੇ ਸਾਰੀ ਸੰਗਤ ਦੇ ਮੌਜੂਦਾ ਵਿੱਚ ਪ੍ਰਣ ਕਰਨਾ, ਇੱਕ ਦੂਜੇ ਦੇ ਨਾਲ ਸਾਥ ਨਿਭਾਉਣਾ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੇ ਵਿੱਚ ਸਾਥ ਨਿਭਾਉਣਾ, ਤਾਂ ਜ਼ਿੰਦਗੀ ਵਾਸਤੇ ਇਹ ਪ੍ਰਣ ਕਰਨਾ ਹੈ ਕਿ ਅਸੀਂ ਦੋਵੇਂ ਜਣੇ ਤਾਂ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਨਾਲ ਰਹਾਂਗੇ, ਇੱਕ ਦੂਜੇ ਦੇ ਨਾਲ ਸਾਥ ਨਿਭਾਵਾਂਗੇ ਔਰ ਇੱਕ ਦੂਜੇ ਦੇ ਮਾਤਾ ਪਿਤਾ ਦਾ ਸਤਿਕਾਰ ਕਰਨਾ, ਛੋਟਿਆਂ ਦਾ ਸਤਿਕਾਰ ਕਰਨਾ, ਇਹ ਆਪਣੇ ਨਿੱਜੀ ਫਰਜ਼ ਬਣ ਜਾਂਦੇ ਨੇ। ਸੋ ਆਨੰਦ ਕਾਰਜਾਂ ਦੀ ਜਿਹੜੀ ਰਸਮ ਹੈ, ਸਭ ਤੋਂ ਪਹਿਲਾਂ ਰਾਗੀ ਸਿੰਘ ਕੀਤਾ ਲੋੜੀ ਹੈ ਕੰਮ, ਇਹ ਸ਼ਬਦ ਬੇਨਤੀ ਰੂਪ ਦੇ ਵਿੱਚ ਪੜ੍ਹਨਗੇ। ਉਸ ਤੋਂ ਬਾਅਦ ਛੋਟੀ ਅਰਦਾਸ ਹੋਏਗੀ। ਛੋਟੀ ਅਰਦਾਸ ਦੇ ਵਿੱਚ ਲੜਕੇ ਦੇ ਮਾਤਾ ਪਿਤਾ ਅਤੇ ਲੜਕੀ ਦੇ ਮਾਤਾ ਪਿਤਾ ਦੋਵੇਂ ਸੁਭਾਗੀ ਜੋੜੀ ਇਹ ਖੜੀ ਹੋਵੇਗੀ, ਅਰਦਾਸ ਹੋਵੇਗੀ। ਉਸ ਤੋਂ ਬਾਅਦ ਹੁਕਮਨਾਮਾ ਹੋਏਗਾ, ਹੁਕਮਨਾਮੇ ਤੋਂ ਬਾਅਦ ਪੱਲੇ ਦੀ ਰਸਮ ਕਰਾਈ ਜਾਏਗੀ ਔਰ
ਲੜਕੇ ਦੇ ਪਿਤਾ ਸਾਹਿਬਾਨ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ। ਔਰ ਇਹ ਸ਼ਬਦ ਵਿਆਹ ਹੋਇਆ ਮੇਰੇ ਬਾਬਲਾ ਰਾਗੀ ਸਿੰਘਾਂ ਵੱਲੋਂ ਪੜ੍ਹਿਆ ਜਾਵੇਗਾ। ਉਸ ਤੋਂ ਬਾਅਦ ਲਾਵਾਂ ਦਾ ਪਾਠ ਹੋਏਗਾ, ਇਕੱਲੀ ਇਕੱਲੀ ਲਾਮ ਪ੍ਰਕਰਮ ਕਰਵਾਈ ਜਾਏਗੀ ਔਰ ਰਾਗੀ ਸਿੰਘ ਇਕੱਲੀ ਇਕੱਲੀ ਲਾਮ ਦਾ ਪਾਠ ਸਰਵਣ ਕਰਾਉਣਗੇ। ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ ਹੋਏਗਾ। ਅਨੰਦ ਸਾਹਿਬ ਜੀ ਦੇ ਪਾਠ ਤੋਂ ਬਾਅਦ ਵਿਆਹ ਦਾ ਸ਼ਬਦ ਪੜ੍ਹਿਆ ਜਾਏਗਾ। ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੀ ਅਰਪਾਇਆ। ਉਸ ਤੋਂ ਬਾਅਦ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਇਹ ਸ਼ਬਦ ਪੜ੍ਹਿਆ ਜਾਵੇਗਾ। ਉਸ ਤੋਂ ਬਾਅਦ ਅਰਦਾਸ ਹੋਏਗੀ ਅਤੇ ਹੁਕਮਨਾਮਾ ਹੋਏਗਾ। ਸੋ ਆਪ ਸਾਰੀਆਂ ਸ਼ਬਦਾਂ ਨੂੰ ਬੇਨਤੀ ਹੈ, ਬਹੁਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦਰ ਮਾਣ ਸਤਿਕਾਰ ਰੱਖਦਿਆਂ ਹੋਇਆਂ ਬੜੇ ਪਿਆਰ ਦੇ ਨਾਲ ਪਾਪ ਨੂੰ ਹੁਕਮ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਇਸੇ ਤਰ੍ਹਾਂ ਸਾਹਿਬ ਨੇ ਬੈਠ ਕੇ ਆਨੰਦ ਮਾਣਨਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਲਾਵਾਂ ਦੇ ਪਾਠ ਹੋਣੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰਨੇ ਨੇ। ਸੋ ਆਓ ਹੁਣ ਸਭ ਤੋਂ ਪਹਿਲਾਂ ਰਾਗੀ ਸਿੰਘ ਕੀਤਾ ਲੁੜੀਆ ਕੰਮ ਸੋ ਹਰ ਪਿਆਰ ਕੀ ਆ ਇਹ ਸ਼ਬਦ ਪੜ੍ਹਨਗੇ ਪਿਆਰ ਦੇ ਨਾਲ ਸਰਵਣ। ਲੜਕਾ ਤੇ ਲੜਕੀ ਦੋਵਾਂ ਦੇ ਪਿਤਾ ਸਾਹਿਬਾਨ ਸਾਰੇ ਸਮੇਂ ਖਲੋ ਜਾਣ, ਅਰਦਾਸ ਹੋਵੇਗੀ, ਬਾਕੀ ਸ਼ਬਦ ਸਾਰੀ ਇਸ ਤਰ੍ਹਾਂ ਬੈਠੇ। ਸਭ ਤੇਰੀ ਵਡਿਆਈ ਹੋ, ਸ੍ਰੀ ਗੁਰੂ ਸਾਹਿਬ ਵਾਸਤੇ ਪਾਸ਼ਾ ਦਾ ਸੋ ਪ੍ਰਥਮ ਲੋਕੀ ਸਮਰ ਕਰਕੇ ਮਨ ਕਲੇ ਤੇ ਆਈ ਬਣ ਗਏ ਆਰਾਮ ਦਾ ਸੰਸ ਸਹਾਇ ਤੇ ਸਵੇਮ ਰਾਮ ਸ੍ਰੀ ਹਰ ਆਯੁ ਸ੍ਰੀ ਹਰ ਕ੍ਰਿਸ਼ਨ ਤੇ ਬਹਾਦਰ ਸਿਮਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਲੋ ਜੀ ਅਰਦਾਸ ਬੇਨਤੀ ਜਦੋਂ ਕਾਕਾ ਇੰਦਰ ਜੀ ਸੁਪੁਰਗੀ ਮਾਤਾ ਸੁਖਰਾਜ ਕੌਰ ਸਿੰਘ ਬੱਚੀ ਅਮਰੀਤ ਕੌਰ ਸੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰਜੀ ਹਰੇ ਪਟੇਕ ਤੋਂ ਲਾਹੇ ਪੜਾਣੀ ਆਸ ਨਾਨਕ ਨਾਮ ਧਿਆਈ ਹੈ ਪਾਜ ਆਵੈ ਰਾਸ ਨਾਨਕ ਨਾਮ ਧਿਆਈ ਹੈ ਕਾਜ ਆਵੈ ਰਾਸ ਸੋਠ ਮਹੱਲਾ ਪੰਜਵਾਂ ਅਮਰੀ ਗਣਗਨਾ ਗਣਿਆ ਗਾਏ ਆਪਣਾ ਗਿਰਦ ਪਛਾਣ ਆਦ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਅਮਰੀ ਗਣਗਨਾ ਗਣਿਆ ਗਾਏ ਆਪਣਾ ਬਿਰਦ ਪਛਾਣ ਹਾਰ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਾਵ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੇ ਨਾਨਕ ਸਤਿਗੁਰ ਬਾਣ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੇ ਨਾਨਕ ਸਤਿਗੁਰ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਲੜਕੀ ਦੇ ਪਿਤਾ ਸਾਹਿਬਾਨ ਸਰਦਾਰ ਜਰਨੈਲ ਸਿੰਘ ਜੀ ਉਹਨਾਂ ਨੂੰ ਕਿ ਲੜਕੇ ਦਾ ਪੱਲਾ ਲੜਕੀ ਨੂੰ ਪੜ੍ਹਾਉਣ ਦੀ ਕਿਰਪਾਲਤਾ ਕਰਨ ਔਰ ਰਾਗੀ ਸਿੰਘ ਵੱਲੋਂ ਪੱਲੇ ਦਾ ਸ਼ਬਦ ਪੜ੍ਹਿਆ। ਲਾਗੀ ਉਸ ਤਾਂ ਦੁਨੀਆਂ
ਕਰਵਾਈ ਜਾਏਗੀ। ਪਿਆਰ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਕੀਤੀਆਂ ਲਾਵਾਂ ਦਾ ਪਾਠ ਸ਼ਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਪਰਵਾਹ ਜੀਓ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਨਾਮ ਪ੍ਰਗਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਕਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਬ ਸਿਮਰਤ ਨਾਮ ਦ੍ਰਿੜਾਇਆ। ਸਰਗੁਰ ਗੁਰ ਪੂਰਾਇਆ ਰੱਦ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਮ ਪੈਲੀ ਆਰੰਭ ਕਾਜ ਰਚਾਇਆ। ਹਰ ਪਹਿਲੜੀ ਲਾਮ ਪਰ ਪਿਰਤੀ ਹੀ ਪਰ
ਪਾਇਆ ਸਵਾਮੀ ਹਰ ਨਾਮ
Oh,
ਪੁਰੀਆ ਸਾਦੀ ਮਸਮੇਰੇ ਨਾਮ ਖੋਪਰੀਆਂ ਲੋਹਾਂ ਚੜੇ ਆਰਿਆਂ ਨਾਲ ਤਨ ਚਲਾਏ
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਨੇ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਲਗਾਈ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬਾਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬਾਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਾਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਾਵੈ ਚਿਤਾਨੰਦ ਕਾ ਸਰਕਾ, ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਠ, ਪੰਥ ਕੀ ਜੀ ਸ੍ਰੀ ਸਾਹਿਬ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕਿਹ ਦਾਨ, ਰਹਿ ਦਾਨ, ਵੇਗ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਪੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰਾਖਾ, ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪਾਉਂਦੇ ਸਦਾ ਸਾਹਿਤ ਤਾਰ ਜੀ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੋਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਦਾ ਪਾਵਨ ਬਚਨ ਲੱਖ ਖੁਸ਼ੀਆਂ ਪਾਤਸ਼ਾਹ ਜੇ ਸਰਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ, ਪਾਤਸ਼ਾਹ ਜੀ ਆਪ ਜੀ ਦੀ ਬੇਅੰਤ ਰਹਿਮਤ ਬਖਸ਼ ਸਦਕਾ, ਆਪ ਜੀ ਦੇ ਸਰਮ ਖਲੋਤੀ ਸੁਭਾਗ ਭਰੀ ਜੋੜੀ ਕਾਕਾ ਇੰਦਰਜੀਤ ਸਿੰਘ ਸਿੱਧੂ, ਸਪੁੱਤਰ ਸਰਦਾਰ ਸਵਰਗੀ ਸੋਹਣ ਸਿੰਘ ਸਿੱਧੂ ਅਤੇ ਮਾਤਾ ਜੀ ਸੁਖਰਾਜ ਕੌਰ ਸਿੱਧੂ, ਬੱਚੀ ਅਨੁਰੂਪ ਕੌਰ, ਸਪੁੱਤਰੀ ਸਰਦਾਰ ਜਰਨੈਲ ਸਿੰਘ ਜੀ ਅਤੇ ਮਾਤਾ ਜੀ ਮਾਤਾ ਹਰਵਿੰਦਰ ਕੌਰ, ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਅਪਾਰ ਰਹਿਮਤ ਹੋਈ, ਸੁਭਾਗੀ ਸੁਭਾਗ ਭਰੀ ਜੋੜੀ ਦੇ ਗੁਰਮਤ ਅਨੁਸਾਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਕਰਨ ਲਈ ਜੋ ਸੁਭਾਗੀ ਜੋੜੀ ਦੇ ਵਿੱਚ ਏਕਤਾ, ਤਫਾਕ, ਪਰਸਪਰ ਪਿਆਰ, ਕੌਮੀ ਜੀਵਨ, ਸਿੱਖੀ ਜੀਵਨ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਆਦਿ ਚੜ੍ਹਨਾ ਕਲਾਂ ਦਾ ਪਿਆਰ ਦਰ ਕਰਦਾ ਆਸ਼ੀਰਵਾਦ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਪਵਿੱਤਰ ਹਾਜ਼ੂਰੀ ਅੰਦਰ ਹਾਜ਼ਰ ਸੰਕੀਰਤਨ ਹੋਇਆ, ਲਾਵਾਂ ਦੇ ਪਾਠ, ਅਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ, ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗੁਰਬਾਣੀ ਦਾ ਭਾਵ ਸਾਧ ਸੰਗਤ ਦੇ ਹਿਰਦਿਆਂ ਤੇ ਵਸਾਰਨਾ, ਦੋਵਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਲਈ ਸੁੰਦਰ ਪੁਸ਼ਾਕੇ ਭੇਟਾ ਕੀਤੇ ਗਏ ਹਨ। ਸਤਿਗੁਰੂ ਪਾਤਸ਼ਾਹ ਜੀ ਬੇਅੰਤ ਮਾਇਆ ਭੇਟਾ ਕੀਤੀ ਗਈ, ਦੋਵੇਂ ਪੁਸ਼ਾਕੇ ਸੱਚੇ ਪਾਤਸ਼ਾਹ ਆਪ ਜੀ ਨੇ ਅੰਗੀਕਾਰ ਕਰਨੇ ਅਤੇ ਸੇਵਕਾਂ ਦੀ ਸੇਵਾ ਕੀਤੀ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਕਾਰਜ ਸਫਲੇ ਕਰਨੇ, ਚੜ੍ਹਦੀਆਂ ਕਲਾਂ ਕਰਨੀਆਂ, ਮਿਹਰ ਭਰਿਆ ਹੱਥ ਕਣਾ ਦੇਸ਼ਾਂ ਵਿਦੇਸ਼ਾਂ ਅੰਦਰ ਸਹਾਇਤਾ ਕਰਨੀ, ਕਾਰੋਬਾਰ ਤਰੱਕੀਆਂ ਸਫਲਤਾਵਾਂ ਖੁਸ਼ੀਆਂ ਖੜੇ ਚੜ੍ਹਨਾ ਕਲਾਂ ਦਾ ਪਿਆਰ ਦਰ ਕਰਦਾ ਆਸ਼ੀਰਵਾਦ ਬਖਸ਼ਿਸ਼ ਕਰਨਾ, ਸਰਬਾਜ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਘਟਾਵਾਂ ਸੇਵਾਵਾਂ ਕੀਤੀਆਂ ਸਤਿਗੁਰੂ ਜੀ ਉਹ ਪ੍ਰਵਾਨ ਕਰਨੀਆਂ, ਗੁਰਸਿੱਖੀ ਜੀਵਨ ਬਖਸ਼ਣਾ, ਦੁੱਖਾਂ ਦਲਿੱਦਰਾਂ ਪਾਪਾਂ ਦਾ ਨਾਸ਼ ਕਰਨਾ ਜੀ, ਨਾਮ ਦਾ ਪ੍ਰਕਾਸ਼ ਕਰਨਾ, ਸਿੱਖੀ ਸਦਕ
ਭਰੋਸਾ ਦਾਨ ਬਖਸ਼ਣਾ ਅੰਗ ਸੰਗ ਸਹਾਈ ਹੋਣਾ। ਪਵਿੱਤਰ ਹਾਜ਼ੂਰੀ ਅੰਦਰ ਬੜਾ ਪ੍ਰਸ਼ਾਦ ਜੀ ਦੇਵ ਸਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਵਰਤਾਉਂਦੀ ਆਗਿਆ ਬਖਸ਼ੋ। ਪਾਵਨ ਉਪਨਾਮੇ ਦੀ ਆਸੀਸ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰ ਨਿਹਾਲ ਕਰਨਾ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬਾ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਰ ਜਿਨ੍ਹਾਂ ਮਿਣਿਆ ਤੇਰਾ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈਆ ਕਾਲ ਕੀ ਤਵੈ ਚਲਾਇਓ, ਸਾਹਿਬ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਕੋਲਾ ਕੀ ਜੋਬਰਾ ਕੋ ਮਿਲ ਪਹੁੰਚਾ ਹੈ ਰਾਜ ਕਰੇਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਹੋਟਲ ਗੁਰਸੇਵੀਆ ਦਸਮ ਬਖਸ਼ਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਦਕ ਸਮਦੇ ਨੂਰ ਅਰਸੋ ਗੁਰਸੋ ਚਟੀਐ ਤੁਰਠੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ ਸੋਠ ਮਹਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਗਾਏ ਆਪਣਾ ਵਿਅਕਤ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਗਾਏ ਆਪਣਾ ਵਿਅਕਤ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਬੈਨਣ ਖਾਣ ਆਪਣੇ ਦਾਸ ਕੀ ਆਗ ਪੈਜ ਰਾਖੀ ਨਾਨਕ ਸਰ ਕੁਰਬਾਣ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਬੈਨਣ ਖਾਣ ਆਪਣੇ ਦਾਸ ਕੀ ਆਗ ਪੈਜ ਰਾਖੀ ਨਾਨਕ ਸਰ ਕੁਰਬਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਆ ਪ੍ਰਵਾਦਾਂ ਨੂੰ ਖਾਲ
ਖਾਲਸਾ ਦੀਵਾਨ ਸੁਸਾਇਟੀ ਵੱਲੋਂ ਇਹਨਾਂ ਕਾਰਜਾਂ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਕਿਰਪਾ ਕਰਨ, ਏਕ ਤੋਂ ਅਨੇਕ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਮਿਹਰ ਭਰਿਆ ਹੱਥ ਰੱਖਣ। ਦੋਵਾਂ ਪਰਿਵਾਰਾਂ ਨੂੰ ਬੇਨਤੀ ਹੈ ਜੋ ਸ਼ਗਨ ਦੀ ਰਸਮ ਕਰਨੀ ਹੈ ਉਹ ਇੱਥੇ ਕੀਤੀ ਜਾਵੇਗੀ। ਸੋ ਦੋਵਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਸ਼ਗਨ ਦੀ ਰਸਮ ਕਰਨ ਦੀ ਕਿਰਪਾ ਕਰੋ, ਵਾਰਤਾ ਕਰੋ ਜੀ। ਗੁਰੂ ਘਰ ਦੇ ਵੀਰ ਜੀ ਹੋਣੀ ਇੱਕ ਆਪ ਜੀ ਨੂੰ ਕਵਿਤਾ ਵਧਾਈ ਦੀ ਪੇਸ਼ ਕਰਨਗੇ। ਸੋ ਪਿਆਰ ਦੇ ਨਾਲ ਦੋ ਚਾਰ ਮਿੰਟਾਂ ਦੀ ਕਵਿਤਾ, ਨਾਲ ਦੀ ਨਾਲ ਇਹ ਸ਼ਗਨ ਦੀ ਜਿਹੜੀ ਰਸਮ ਹੈ ਉਹ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਹੀ ਪਰਿਵਾਰਾਂ ਨੂੰ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰਾਂ ਵੱਲੋਂ, ਸਮੁੱਚੇ ਹੀ ਜਥਿਆਂ ਵੱਲੋਂ ਦੋਹਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਾਰ ਵਧਾਈ ਹੋਵੇ। ਮੈਂ ਆਪ ਜੀ ਦੇ ਸਾਹਮਣੇ ਇੱਕ ਦੋ ਮਿੰਟ ਦੀ ਕਵਿਤਾ ਪੇਸ਼ ਕਰਨ ਲੱਗਾ। ਇਹੋ ਜੀ ਘੜੀ ਸੁਲੱਖਣੀ ਕਰਮਾਂ ਨਾਲ ਹੁੰਦੀ ਹੈ, ਇਹੋ ਜੀ ਘੜੀ ਸੁਲੱਖਣੀ ਕਰਮਾਂ ਨਾਲ ਆਉਂਦੀ ਹੈ, ਇਹੋ ਜੀ ਘੜੀ ਸੁਲੱਖਣੀ ਕਰਮਾਂ ਨਾਲ ਆਉਂਦੀ ਹੈ, ਇਹੋ ਜੀ ਘੜੀ ਸੁਲੱਖਣੀ। ਹੋ ਵਗਦਾ ਹੈ ਸ਼ਾਂਤ ਸਮੁੰਦਰ ਜਿੱਥੇ ਗੁਰਬਾਣੀ ਦਾ, ਸਤਿਗੁਰ ਦੀ ਗੋਦ ਚ ਬਹਿ ਕੇ ਜਿੱਥੇ ਸੁਖ ਮਾਣੀ ਦਾ, ਸਤਿਗੁਰ ਦੀ ਗੋਦ ਚ ਬਹਿ ਕੇ ਜਿੱਥੇ ਸੁਖ ਮਾਣੀ ਦਾ, ਚਰਨਾਂ ਵਿੱਚ ਰਹੇ ਟਿਕਾਣਾ, ਚਰਨਾਂ ਵਿੱਚ ਰਹੇ ਟਿਕਾਣਾ, ਇਹੋ ਰੂਹ ਚਾਹੁੰਦੀ ਹੈ, ਘੜੀ ਸੁਲੱਖਣੀ ਕਰਮਾਂ ਨਾਲ ਆਉਂਦੀ ਹੈ, ਇਹੋ ਜੀ ਘੜੀ ਸੁਲੱਖਣੀ। ਹੋ ਜਿੱਥੇ ਗੁੱਤਣਾ ਆਲਾਪੇ ਮਿੱਠੇ ਜਿਹੇ ਰਾਗ ਦੀਆਂ, ਸੁੱਤੀਆਂ ਤਕਦੀਰਾਂ ਉੱਥੇ ਆਪੇ ਹੀ ਜਾਗਦੀਆਂ, ਜਿੱਥੇ ਕੋਈ ਕਰਨਾ ਨੇਰੇ, ਜਿੱਥੇ ਕੋਈ ਕਰਨ ਹਨੇਰੇ, ਦਿਲ ਨੂੰ ਰਿਸ਼ਨਾਉਂਦੀ ਹੈ, ਇਹੋ ਜੀ ਘੜੀ ਸੁਲੱਖਣੀ ਕਰਮਾਂ ਨਾਲ ਆਉਂਦੀ ਹੈ, ਇਹੋ ਜੀ ਘੜੀ ਸੁਲੱਖਣੀ। ਹੋ ਜਿੱਥੇ ਹਨ ਸੱਜਣ ਮਿਲਦੇ ਵਿਛੜੇ ਹੋਏ ਦੇਰਾਂ ਦੇ, ਕਿਉਂ ਨਾ ਫਿਰ ਸੱਦ ਕੇ ਜਾਈਏ ਸੁੱਚੀਆਂ ਸਵੇਰਾਂ ਦੇ, ਜਿੱਥੇ ਹਨ ਸੱਜਣ ਮਿਲਦੇ ਵਿਛੜੇ ਹੋਏ ਦੇਰਾਂ ਦੇ, ਕਿਉਂ ਨਾ ਫਿਰ ਸਦਕ ਜਾਈਏ ਸੁੱਚੀਆਂ ਸਵੇਰਾਂ ਦੇ, ਜਿੱਥੇ ਹਨ ਮੈਂ ਚਪੇਰੇ, ਜਿੱਥੇ ਹੈ ਮੈਂ ਚਪੇਰੇ, ਦਿਲ ਨੂੰ ਰਿਸ਼ਨਾਉਂਦੀ ਹੈ, ਇਹੋ ਜੀ ਘੜੀ ਸੁਲੱਖਣੀ ਕਰਮਾਂ ਨਾਲ ਆਉਂਦੀ ਹੈ, ਇਹੋ ਜੀ ਘੜੀ ਸੁਲੱਖਣੀ। ਜਿੱਥੇ ਕੋਈ ਤੁਣਾ ਅਲਾਪੇ ਮਿੱਠੇ ਜਿਹੇ ਰਾਗ ਦੀਆਂ, ਸੁੱਤੀਆਂ ਤਕਦੀਰਾਂ ਉੱਥੇ ਆਪੇ ਹੀ ਜਾਗਦੀਆਂ, ਜਿੱਥੇ ਹਨ
ਚਰਨ ਹਨੇਰੇ ਜਿੱਥੇ ਹਨ ਚਰਨ ਹਨੇਰੇ ਦਿਲ ਨੂੰ ਰਿਸ਼ਨਾਉਂਦੀ ਹੈ ਇਹੋ ਜੀ ਕਰੀ ਸਲਖਣੀ ਕਰਮਾਂ ਨਾਲ ਆਉਂਦੀ ਹੈ ਇਹੋ ਜੀ ਕਰੀ ਸਲਖਣੀ ਦਿਲ ਖਿਚਵੀ ਰਹੇ ਸਜਾਵਟ ਵੀਹਾਂ ਤੇ ਗਲੀਆਂ ਦੀ ਹੋਵੇ ਜਿਸ ਥਾਂ ਤੇ ਵਰਖਾ ਫੁੱਲਾਂ ਤੇ ਕਲੀਆਂ ਦੀ ਰਸ ਪਿੰਨੀ ਮਹਿਕ ਚ ਫੇਰੇ ਰਸ ਪਿੰਨੀ ਮਹਿਕ ਚ ਫੇਰੇ ਜਿੱਥੇ ਮਹਿਕ ਆਉਂਦੀ ਹੈ ਇਹੋ ਜੀ ਕਰੀ ਸਲਖਣੀ ਕਰਮਾਂ ਨਾਲ ਆਉਂਦੀ ਹੈ ਇਹੋ ਜੀ ਕਰੀ ਸਲਖਣੀ ਹੋ ਜਾਂਦੀ ਹੈ ਗੁਜ਼ਰੀ ਜ਼ਿੰਦਗੀ ਮੁਕਦਾ ਨਾ ਧੰਦਾ ਵੀ ਦੁਨੀਆ ਵੀ ਕੰਮਾਂ ਦੇ ਵਿੱਚ ਰੁੱਝਿਆ ਇਹ ਬੰਦਾ ਵੀ ਦੁਨੀਆ ਵੀ ਕੰਮਾਂ ਦੇ ਵਿੱਚ ਰੁੱਝਿਆ ਇਹ ਬੰਦਾ ਵੀ ਬਹੁਮੁੱਲਾ ਸਮਾਂ ਪੀ ਲਿਆ ਬਹੁਮੁੱਲਾ ਸਮਾਂ ਪੀ ਲਿਆ ਦੁਨੀਆ ਗਵਾਉਂਦੀ ਹੈ ਇਹੋ ਜੀ ਕੜੀ ਸਲਖਣੀ ਭਾਗਾਂ ਨਾਲ ਆਉਂਦੀ ਹੈ ਇਹੋ ਜੀ ਕੜੀ ਸਲਖਣੀ ਕਰਮਾਂ ਨਾਲ ਆਉਂਦੀ ਹੈ ਇਹੋ ਜੀ ਕੜੀ ਸਲਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗੁਰੂ ਘਰ ਦੇ ਸਿੰਘ ਭਾਈ ਨਿਸ਼ਾਨ ਸਿੰਘ ਢਾੜੀ ਦੇ ਵਿੱਚੋਂ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਮੂਹ ਸੰਗਤ ਵੱਲੋਂ ਗੁਰੂ ਘਰ ਵੱਲੋਂ ਸਭ ਨੂੰ ਕਿਰਪਾ ਕਰਨ ਇੱਕ ਤੋਂ ਦੇ ਚੜ੍ਹਦੀ ਕਲਾ ਕੋ ਸਿਸਟਰ ਔਰ ਮਿਹਰ ਭਰਿਆ ਹੱਥ ਕਰ ਬੈਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਕਾਜ ਸਵਾਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੂਤ ਪਰਮੇਸ਼ਰ ਮਾਰ ਜਨ ਕੀ ਪੈਜ ਰੱਖੀ ਕਰਦਾਰ ਫਿਰ ਕਰ ਬੈਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ ਵਸ ਕਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਬਾਦਸ਼ਾਹ ਸਾਹ ਸਭ ਵਸ ਕਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਦੁਸ਼ਟ
दूत परमेश्वर मारे, दुष्ट दूत परमेश्वर मारे, जन की पैज रखी कर दार फिर कर बैसो हर जन प्यारे। जो भगवान सात संगत मिल की नो दान, सात संगत मिल की नो दान, निरपो होए पजो भगवान सात संगत मिल की नो दान, दुष्ट दूत परमेश्वर मारे, दुष्ट दूत परमेश्वर मारे, जन की पैज रखी कर दार फिर कर बैसो हर जन प्यारे, हर जन प्यारे, सतगुरु तुमरे काज सवारे, काज सवारे। नानक ओट पकरी प्रभ स्वामी, नानक ओट पकरी प्रभ स्वामी, शरण परे प्रभ अंतर जामी, नानक ओट पकरी प्रभ स्वामी, दुष्ट दूत परमेश्वर मारे, दुष्ट दूत परमेश्वर मारे, जन की पैज रखी कर दार फिर कर बैसो हर जन प्यारे, सतगुरु तुमरे काज सवारे, काज सवारे। बादशाह साह सब वस कर दीने, अमृत नाम महारस पीने, बादशाह साह सब वस कर दीने, अमृत नाम महारस पीने, दुष्ट दूत परमेश्वर मारे, दुष्ट दूत परमेश्वर मारे, जन की पैज रखी कर दार फिर कर बैसो हर जन प्यारे, हर जन प्यारे, सतगुरु तुमरे काज सवारे, काज सवारे, फिर कर बैसो हर जन प्यारे, सतगुरु तुमरे काज सवारे, दुष्ट दूत परमेश्वर मारे, दुष्ट दूत परमेश्वर मारे, जन की पैज रखी कर दार फिर कर बैसो हर जन प्यारे, हर जन प्यारे, सतगुरु तुमरे काज सवारे। काज सवारे।
ਸੁੱਖਾਂ ਸੁੱਖ ਦੀ ਨੂੰ ਏ ਦਿਨ ਆਏ ਬੰਨਾ ਬੰਨੀ ਬਾਰ ਖੜੇ ਸੁੱਖਾਂ ਸੁੱਖ ਦੀ ਨੂੰ ਏ ਦਿਨ ਆਏ ਬੰਨਾ ਬੰਨੀ ਬਾਰ ਖੜੇ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਵਾਰ ਬੰਨੇ ਦੀਏ ਮਾਏ ਬੰਨਾ